ਇਹਦਾ ਜਿਹੜਾ ਗਿਫਟ ਆ ਉਹ ਅਸੀਂ ਬਣਾ ਲਿਆ, ਉਹ ਤੁਹਾਨੂੰ ਦਿੰਦੇ ਹਾਂ। ਅਤੇ ਮੋਟਰਸਾਈਕਲ ਜਿਹੜਾ ਇਹ ਬੰਦ ਕਰ ਰਹੇ ਹਾਂ, ਨਾ ਇਹਦਾ ਕੋਈ ਕਾਗਜ਼ ਹੈ ਨਾ ਕੋਈ ਪੱਤਰ, ਇਹਨੂੰ ਅਸੀਂ ਬੰਦ ਕਰ ਰਹੇ ਹਾਂ। ਸਟੰਟ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਘਰ ਆ ਕੇ ਪੁਲਿਸ ਨੇ ਬਾਈਕ ਕੀਤੀ ਬਾਉਂਡ। ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਹਿੱਟ ਹੋਣ ਦੇ ਲਈ ਨੌਜਵਾਨਾਂ ਦੇ ਵੱਲੋਂ ਲਗਾਤਾਰ ਖਤਰਨਾਕ ਸਟੰਟ ਕੀਤੇ ਜਾ ਰਹੇ ਨੇ। ਤਾਂ ਇਸੀ ਵਿੱਚ ਇਸ ਨੌਜਵਾਨ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਰੀਲ ਪਾਈ ਗਈ ਜਿਸ ਦੇ ਵਿੱਚ ਇਸਦੇ ਵੱਲੋਂ ਬਾਈਕ ਦਾ ਅੱਗੇ ਦਾ ਟਾਇਰ ਹਵਾ ਦੇ ਵਿੱਚ ਚੱਕ ਦਿੱਤਾ ਜਾਂਦਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਇਸ ਨੌਜਵਾਨ ਦੇ ਘਰ ਪਹੁੰਚ ਜਾਂਦੀ ਹੈ ਅਤੇ ਬਾਈਕ ਨੂੰ ਬਾਉਂਡ ਕਰ ਦਿੰਦੀ ਹੈ। ਤਾਂ ਵੇਖ ਸਕਦੇ ਹੋ ਕਿ ਇਸ ਨੌਜਵਾਨ ਦੇ ਵੱਲੋਂ ਖਤਰਨਾਕ ਸਟੰਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਘਰ ਆ ਕੇ ਇਸ ਨੌਜਵਾਨ ਦੀ ਬਾਈਕ ਨੂੰ ਬਾਉਂਡ ਕਰ ਦਿੱਤਾ। ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨੌਜਵਾਨ ਦੇ ਵੱਲੋਂ ਸਪਲੈਂਡਰ ਮੋਟਰਸਾਈਕਲ 'ਤੇ ਸਟੰਟ ਕੀਤਾ ਗਿਆ ਸੀ। ਤਾਂ ਮੌਕੇ 'ਤੇ ਇਸਦੇ ਘਰ ਪੁਲਿਸ ਅਫਸਰ ਪਹੁੰਚਦੇ ਨੇ। ਤਾਂ ਜਦ ਇਸ ਤੋਂ ਬਾਈਕ ਦੇ ਕਾਗਜ਼ਾਤ ਮੰਗੇ ਜਾਂਦੇ ਨੇ ਤਾਂ ਇਸਦੇ ਕੋਲ ਕੋਈ ਵੀ ਕਾਗਜ਼ ਨਹੀਂ ਹੁੰਦਾ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਸ ਦੀ ਬਾਈਕ ਨੂੰ ਬਾਉਂਡ ਕਰ ਲਿਆ ਅਤੇ ਨਾਲ ਹੀ ਬਾਕੀ ਨੌਜਵਾਨਾਂ ਨੂੰ ਵੀ ਨਸੀਹਤ ਦਿੱਤੀ ਹੈ। ਪਰ ਲਗਾਤਾਰ ਨੌਜਵਾਨ ਆਪਣੀ ਜਾਨ ਨੂੰ ਸੂਲੀ 'ਤੇ ਟੰਗ ਕੇ ਅਜਿਹੇ ਖਤਰਨਾਕ ਸਟੰਟ ਕਰਦੇ ਨੇ ਅਤੇ ਫਿਰ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਅਪਲੋਡ ਕਰਦੇ ਨੇ ਤਾਂ ਕਿ ਇਹ ਵਾਇਰਲ ਹੋ ਜਾਣ। ਪਰ ਇਸ ਦੇ ਵਿੱਚ ਜਾਨੀ ਨੁਕਸਾਨ ਦਾ ਵੀ ਖਤਰਾ ਰਹਿੰਦਾ, ਪਰ ਫਿਰ ਵੀ ਨੌਜਵਾਨਾਂ ਦੇ ਵੱਲੋਂ ਲਗਾਤਾਰ ਖਤਰਨਾਕ ਸਟੰਟ ਕੀਤੇ ਜਾਂਦੇ ਨੇ। ਤਾਂ ਹੁਣ ਪੁਲਿਸ ਵੀ ਇਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਆ ਰਹੀ ਹੈ। ਤਾਂ ਇਸ ਨੌਜਵਾਨ ਦੇ ਖਿਲਾਫ ਵੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਦੀ ਬਾਈਕ ਨੂੰ ਬਾਉਂਡ ਕਰ ਲਿਆ। ਇਹ ਕਾਕਾ ਜੀ ਜਿਹੜਾ ਬੱਚਾ ਸੀਗਾ, ਕੀ ਨਾਂ ਇਹਦਾ, ਕੀ ਨਾਮ ਬੱਚੇ ਦਾ ਸੀ, ਜਿਹੜਾ ਵੀਡੀਓ ਬਣਾ ਰਿਹਾ ਸੀ? ਹਾਂਜੀ ਸ਼ੁਭਮ, ਸ਼ਿਵਮ। ਇਹ ਕਾਕਾ ਸਟੰਟ ਮਾਰ ਰਿਹਾ ਅਤੇ ਮੋਟਰਸਾਈਕਲ ਇਹਦਾ ਇੰਨੀ ਰੇਸ ਦੇ ਦਿੱਤੀ ਇਹਨੇ ਕਿ ਮੋਟਰਸਾਈਕਲ ਖੜ੍ਹਾ ਹੋ ਗਿਆ, ਠੀਕ ਹੈ। ਉਹਦੇ ਵਿੱਚ ਇਹਨੇ ਗੀਤ ਲਾਇਆ, ਇਹ ਕੀ ਹੋ ਗਿਆ, ਇਹ ਕੀ ਹੋ ਗਿਆ, ਹੈ ਨਾ। ਤਾਂ ਹੁਣ ਜਦੋਂ ਫੜਿਆ ਗਿਆ ਤਾਂ ਹੁਣ ਵੇਂਦਾ ਵੀ ਇਹ ਕੀ ਬਣ ਗਿਆ, ਇਹ ਕੀ ਬਣ ਗਿਆ। ਕਹਿਣਾ ਬੱਚਿਆਂ ਨੂੰ ਕਾਕਾ ਸਮਝਾ ਲਓ, ਇਹਦਾ ਜਿਹੜਾ ਗਿਫਟ ਆ ਉਹ ਅਸੀਂ ਬਣਾ ਲਿਆ, ਉਹ ਤੁਹਾਨੂੰ ਦਿੰਦੇ ਹਾਂ। ਅਤੇ ਮੋਟਰਸਾਈਕਲ ਜਿਹੜਾ ਇਹ ਬੰਦ ਕਰ ਰਹੇ ਹਾਂ, ਨਾ ਇਹਦਾ ਕੋਈ ਕਾਗਜ਼ ਹੈ ਨਾ ਕੋਈ ਪੱਤਰ, ਇਹਨੂੰ ਅਸੀਂ ਬੰਦ ਕਰ ਰਹੇ ਹਾਂ, ਠੀਕ ਹੈ। ਕਾਗਜ਼ ਪੱਤਰ ਦਿਖਾਓ ਅਤੇ ਮੋਟਰਸਾਈਕਲ ਤੁਹਾਨੂੰ ਮਿਲ ਜੂਗਾ। ਜਿਹੜੀਆਂ ਹਰਕਤਾਂ ਤੁਸੀਂ ਕਰਦੇ ਜੇ ਇਹ ਤੁਹਾਡੀਆਂ ਨਾ ਕਾਬਲੇ ਬਰਦਾਸ਼ਤ। ਸਾਡੀ ਟੀਮ 3 ਦਿਨ ਹੋ ਗਏ ਆ ਇਸ ਮੋਟਰਸਾਈਕਲ 'ਚ ਮਗਰ ਲੱਗੇ, ਪਹਿਲਾਂ ਹੋਰ ਪਿੰਡ ਦੇ ਵਿੱਚ ਗਏ ਆ, ਉੱਥੋਂ ਡਰੈਸ ਗਲਤ ਹੋਣ ਕਰਕੇ ਨਹੀਂ ਮੋਟਰਸਾਈਕਲ ਮਿਲਿਆ। ਉਸ ਤੋਂ ਬਾਅਦ ਤੁਹਾਡੇ ਪਿੰਡ ਗਏ, ਫੋਨ ਕਰਕੇ ਸਵੇਰੇ 4 ਵਜੇ 'ਤੇ ਨਿਕਲੀ ਮੇਰੀ ਟੀਮ। ਅਤੇ ਮੈਂ ਪਲੀਜ਼ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਬਈ ਇਹਨਾਂ ਹਰਕਤਾਂ ਤੋਂ ਬਾਅਦ ਆ ਜਾਓ, ਨਾ ਕਰੋ ਇਹ ਜੀ ਹਰਕਤ, ਤੁਹਾਨੂੰ ਕਿਸੇ ਵੀ ਕੀਮਤ 'ਤੇ ਹੁਣ ਬਖਸ਼ਿਆ ਨਹੀਂ ਜਾਏਗਾ। ਥੈਂਕ ਯੂ ਜੀ।